ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 3 ਗੁਰਸਿੱਖ ਅਤੇ 11 ਭੱਟਾਂ ਦੀ ਪਾਵਨ ਗੁਰਬਾਣੀ ਸ਼ਾਮਲ ਹੈ। ਔਰ ਆਪਾਂ ਜਦੋਂ ਸਮੁੱਚੇ ਰੂਪ ਵਿੱਚ ਕਹਿੰਦੇ ਹਾਂ ਤਾਂ 15 ਭਗਤਾਂ ਦੀ ਬਾਣੀ ਦਾ ਜ਼ਿਕਰ ਕਰਦੇ ਹਾਂ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੌਰ ਨਾਲ ਵਾਚਣ ਦਾ ਯਤਨ ਕਰੀਏ। ਇਹਦੇ ਵਿੱਚ 14 ਮਹਾਂਪੁਰਖਾਂ ਦੇ ਨਾਮ ਦੇ ਨਾਲ ਭਗਤ ਲਿਖਿਆ ਹੈ ਔਰ 1 ਮਹਾਂਪੁਰਖ ਦੇ ਨਾਮ ਨਾਲ ਸ਼ੇਖ ਲਿਖਿਆ ਹੈ, ਜੋ ਭਾਰਤੀ ਪਰੰਪਰਾ ਦੇ ਮੁਤਾਬਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਉਹਨੂੰ ਭਗਤ ਕਿਹਾ ਜਾਂਦਾ ਹੈ, ਔਰ ਜੋ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਅੱਲਾ ਦੇ ਨਾਲ ਇੱਕਮਿਕ ਹਾਸਲ ਕਰ ਲੈਂਦਾ ਹੈ ਉਹਨੂੰ ਸ਼ੇਖ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਪੂਰਾ ਨਿਆਂ ਕਰਦਿਆਂ 14 ਦੇ ਨਾਮ ਨਾਲ ਭਗਤ ਲਿਖਿਆ ਔਰ 1 ਦੇ ਨਾਮ ਨਾਲ ਸ਼ੇਖ ਲਿਖਿਆ। ਉਹ ਵੱਖਰੀ ਗੱਲ ਹੈ ਕਿ ਅਸੀਂ ਸਮੁੱਚੇ ਰੂਪ ਵਿੱਚ 15 ਭਗਤਾਂ ਦੀ ਗੱਲ ਕਰਦੇ ਹਾਂ। ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ, ਆਪਾਂ ਭਗਤ ਧੰਨਾ ਜੀ ਦੇ ਜੀਵਨ ਨੂੰ ਵਿਚਾਰਨ ਦਾ ਯਤਨ ਕਰਾਂਗੇ। ਭਗਤ ਸ਼ਬਦ ਦਾ ਭਾਵ ਕੀ ਹੁੰਦਾ ਹੈ? ਵਿਦਵਾਨ ਲਿਖਦੇ ਹੈ, ਭੱਬੇ ਦਾ ਅਰਥ ਹੈ ਭਾਉ ਮਤਲਬ ਪ੍ਰੇਮ, ਗੱਗੇ ਦਾ ਅਰਥ ਹੈ ਗਿਆਨ, ਤੱਤੇ ਦਾ ਅਰਥ ਹੈ ਤਿਆਗ। ਜਿਹਦੇ ਵਿੱਚ ਪ੍ਰੇਮ ਹੁੰਦਾ ਹੈ, ਜਿਹਦੇ ਵਿੱਚ ਗਿਆਨ ਹੁੰਦਾ ਹੈ ਅਤੇ ਜਿਹਦੇ ਵਿੱਚ ਤਿਆਗ ਹੁੰਦਾ ਹੈ, ਇਹ 3 ਗੁਣ ਜਿਹਦੇ ਵਿੱਚ ਹੋਣ ਉਹਨੂੰ ਭਗਤ ਕਿਹਾ ਜਾਂਦਾ ਹੈ। ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਟਾਂਕ ਜ਼ਿਲ੍ਹੇ ਦੇ ਪਿੰਡ ਧੁਆਨ ਦੇ ਵਿੱਚ ਹੋਇਆ। ਭਾਈ ਕਾਨ ਸਿੰਘ ਜੀ ਨਾਭਾ ਦੇ ਅਨੁਸਾਰ ਉਹਨਾਂ ਦਾ ਜਨਮ 1416 ਈਸਵੀ ਦੇ ਵਿੱਚ ਜੱਟ ਪਰਿਵਾਰ ਦੇ ਵਿੱਚ ਹੋਇਆ ਔਰ ਉਸ ਵੇਲੇ ਜਿਹੜੇ ਜੱਟ ਪਰਿਵਾਰ ਸਨ ਉਹ ਆਮ ਕਰਕੇ ਖੇਤੀ ਕਰਿਆ ਕਰਦੇ ਸੀ। ਭਗਤ ਧੰਨਾ ਜੀ ਸ਼ੁਰੂ ਤੋਂ ਬਚਪਨ ਤੋਂ ਹੀ ਸੰਤ ਬਿਰਤੀ ਵਾਲੇ ਸਨ, ਰੱਬੀ ਗੁਣਾਂ ਵਾਲੇ ਸਨ ਔਰ ਪ੍ਰੇਮ ਭਾਵਨਾ ਵਾਲੇ ਸਨ। ਹੁਣ ਜਦੋਂ ਆਪਣੇ ਪਿਤਾ ਪੁਰਖੀ ਕਿੱਤੇ ਦੇ ਨਾਲ ਜੁੜੇ ਔਰ ਆਪਣੇ ਘਰ ਤੋਂ ਰੋਜ਼ ਆਪਣੇ ਖੇਤਾਂ ਦੇ ਵਿੱਚ ਹਲ ਲੈ ਕੇ ਜਾਣਾ ਔਰ ਖੇਤੀ ਕਰਨੀ, ਰਸਤੇ ਦੇ ਵਿੱਚ ਇੱਕ ਸ਼ਿਵ ਦੁਆਲਾ ਪੈਂਦਾ ਸੀ, ਉੱਥੇ ਰੋਜ਼ ਵੇਖਣਾ ਕਿ ਇੱਕ ਪੁਜਾਰੀ ਜਿਹੜਾ ਹੈ ਉਹ ਮੂਰਤੀਆਂ ਨੂੰ ਧੋਂਦਾ ਹੈ, ਠਾਕਰਾਂ ਦੀ ਪੂਜਾ ਕਰਦਾ ਹੈ, ਧੂਫ ਵੱਟੀ ਕਰਦਾ ਹੈ। ਇੱਕ ਦਿਨ ਭਗਤ ਧੰਨਾ ਜੀ ਰੋਕ ਕੇ ਪੁੱਛਦੇ ਵੀ ਤੂੰ ਕੀ ਕਰਦਾ ਹੈ? ਉਹ ਕਹਿੰਦਾ ਮੈਂ ਠਾਕਰਾਂ ਦੀ ਪੂਜਾ ਕਰਦਾ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅੰਦਰ ਠਾਕਰ ਸ਼ਬਦ 2 ਅਰਥਾਂ ਵਿੱਚ ਆਉਂਦਾ ਹੈ। ਇੱਕ ਠਾਕਰ ਦਾ ਭਾਵ ਹੁੰਦਾ ਹੈ ਪੱਥਰ ਅਤੇ ਜੇ ਠਾਕੁਰ ਆਵੇ ਉਹਦਾ ਭਾਵ ਹੁੰਦਾ ਹੈ ਪਰਮਾਤਮਾ। ਹੁਣ ਉਸ ਵੇਲੇ ਦੇ ਨਾਲ ਠਾਕਰਾਂ ਦੀ ਪੂਜਾ ਨੂੰ ਰੋਜ਼ ਵਹਿੰਦੇ ਹੈ ਭਗਤ ਧੰਨਾ ਜੀ ਅਤੇ ਪੁੱਛਦੇ ਹੈ ਵੀ ਇਹ ਕਰਨ ਨਾਲ ਕੀ ਮਿਲਦਾ ਹੈ? ਅਤੇ ਪੁਜਾਰੀ ਨੇ ਕਿਹਾ ਇਹ ਕਰਨ ਦੇ ਨਾਲ ਜੋ ਵੀ ਮੰਗੀਏ ਉਹੀ ਕੁਝ ਮਿਲ ਜਾਂਦਾ ਹੈ। ਭਗਤ ਧੰਨਾ ਜੀ ਵੀ ਰੱਬ ਵਾਲੇ ਪਾਸੇ ਨੂੰ ਤੁਰ ਪੈਂਦੇ ਹੈ। ਇਹ ਵੱਖਰੀ ਗੱਲ ਹੈ ਜਦੋਂ ਬੱਚਾ ਪਹਿਲੀ ਕਲਾਸ ਵਿੱਚ ਜਾਂਦਾ ਹੈ ਉਹਨੂੰ ਹੱਥ ਫੜ ਕੇ ਲਿਖਾਇਆ ਜਾਂਦਾ ਹੈ, ਜਦੋਂ MA ਕਰ ਜਾਂਦਾ ਹੈ ਫਿਰ ਵੀ ਹੱਥ ਫੜ ਕੇ ਲਿਖਾਇਆ ਜਾਂਦਾ ਹੈ? ਨਹੀਂ, ਫਿਰ ਉਹ ਆਪੇ ਲਿਖਦਾ ਹੈ। ਜਦੋਂ ਕੋਈ ਵੀ ਮਨੁੱਖ ਤੁਰਦਾ ਹੈ ਉਹ ਕਿਸੇ ਚੀਜ਼ ਤੋਂ ਤੁਰਦਾ ਹੈ, ਲੇਕਿਨ ਇੱਕ ਦਿਨ ਉਹ ਆਪਣੀ ਮੰਜ਼ਿਲ 'ਤੇ ਪੁੱਜ ਜਾਂਦਾ ਹੈ। ਹੋ ਸਕਦਾ ਹੈ ਭਗਤ ਧੰਨਾ ਜੀ ਜਿੱਦਣ ਤੁਰੇ ਹੋਣ ਉਸ ਦਿਨ ਪੱਥਰ ਤੋਂ ਤੁਰੇ ਹੋਣ, ਪਰ ਤੁਰਦਿਆਂ ਤੁਰਦਿਆਂ ਰੱਬ ਤੱਕ ਪੁੱਜ ਗਏ, ਪਰ ਬਾਅਦ ਵਿੱਚ ਨਹੀਂ ਕਿਹਾ ਜਾ ਸਕਦਾ ਕਿ ਭਗਤ ਧੰਨਾ ਜੀ ਨੇ ਪੱਥਰ 'ਚੋਂ ਪਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਮਹਾਂਪੁਰਖਾਂ ਦੀ ਪਾਵਨ ਗੁਰਬਾਣੀ ਦਰਜ ਹੈ ਉਹ ਸਾਰੇ ਕੇਵਲ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਵਾਲੇ ਸਨ, ਉਹ ਪੱਥਰਾਂ ਦੀ ਪੂਜਾ ਕਰਨ ਵਾਲੇ ਨਹੀਂ ਸਨ। ਇਸੇ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰੂ ਜ਼ਿਕਰ ਕਰਦੇ ਹੈ, ਜੋ ਪਾਥਰ ਕੀ ਪਾਈ ਪਾਏ
ਤਾਂ ਕਿ ਘਾਲ ਅਜਾਈ ਜਾਏ। ਜਿਹੜਾ ਪੱਥਰ ਨਾਲ ਜੁੜਦਾ ਹੈ ਉਹਦੀ ਘਾਲ ਜਿਹੜੀ ਹੈ ਉਹਦੀ ਘਾਲਣਾ ਉਹਦੀ ਕੀਤੀ ਸੇਵਾ ਅਜਾਈ ਚੱਲ ਜਾਂਦੀ ਹੈ। ਇਸੇ ਪਾਵਨ ਗੁਰਬਾਣੀ ਦੇ ਅੰਦਰ ਭਗਤ ਨਾਮਦੇਵ ਸਾਹਿਬ ਲਿਖਦੇ ਹੈ ਕਿ ਇੱਕ ਪੱਥਰ ਉਹ ਹੈ ਜਿਹਦੇ ਉੱਪਰ ਬੰਦਾ ਪੈਰ ਰੱਖਦਾ ਹੈ, ਦੂਸਰਾ ਪੱਥਰ ਉਹ ਹੈ ਜਿਹਦੀ ਪੂਜਾ ਕਰਦਾ ਹੈ। ਕਹਿੰਦੇ ਜੇ ਪੂਜਾ ਕਰਨ ਵਾਲਾ ਦੇਵਤਾ ਹੈ ਤਾਂ ਫਿਰ ਜਿਹਦੇ 'ਤੇ ਪੈਰ ਰੱਖਿਆ ਉਹ ਵੀ ਦੇਵਤਾ ਹੈ, ਜੇ ਜਿਹਦੇ 'ਤੇ ਪੈਰ ਰੱਖਿਆ ਉਹ ਨਹੀਂ ਦੇਵਤਾ ਤਾਂ ਫਿਰ ਪੂਜਾ ਵਾਲਾ ਵੀ ਦੇਵਤਾ ਨਹੀਂ ਹੈ। ਅਤੇ ਭਗਤ ਨਾਮਦੇਵ ਸਾਹਿਬ ਕਹਿੰਦੇ ਇੱਕ ਹੈ ਪਾਥਰ ਕੀਜੇ ਭਾਓ, ਦੂਜੇ ਪਾਥਰ ਧਰੀਏ ਪਾਓ, ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਭੱਜ ਹਰ ਕੀ ਸੇਵਾ। ਭਾਵ ਇਹ ਦੇਵਤਾ ਨਹੀਂ ਹੈ। ਹੋ ਸਕਦਾ ਭਗਤ ਧੰਨਾ ਜਿੱਦਣ ਤੁਰੇ ਹੋਣ ਉਦਣ ਪੱਥਰ ਤੋਂ ਤੁਰੇ ਹੋਣ, ਜਿੱਦਣ ਪਹੁੰਚ ਗਏ ਉਦਣ ਪਰਮਾਤਮਾ ਤੱਕ ਪੁੱਜ ਗਏ। ਬਿਲਕੁਲ ਇਸੇ ਤਰ੍ਹਾਂ ਜਿਵੇਂ ਪ੍ਰਕਿਰਤੀ ਦੇ ਵਿੱਚ ਫੁੱਲ ਖਿੜਦਾ ਹੈ, ਪਰ ਫੁੱਲ ਕਾਹਦੇ ਵਾਸਤੇ ਖਿੜਿਆ? ਉਹ ਖਿੜਿਆ ਹੈ ਫਲ ਬਣਨ ਵਾਸਤੇ। ਅਤੇ ਜਿੱਦਣ ਫਲ ਲੱਗ ਜੇ ਫਿਰ ਵੀ ਫੁੱਲ ਰਹਿੰਦਾ ਹੈ? ਨਹੀਂ, ਫਿਰ ਫੁੱਲ ਖਤਮ ਹੋ ਜਾਂਦਾ ਹੈ, ਫਿਰ ਫੁੱਲ ਦੀ ਕੋਈ ਵੈਲਿਊ ਨਹੀਂ, ਫਿਰ ਵੈਲਿਊ ਫਲ ਦੀ ਹੈ। ਇਸੇ ਤਰ੍ਹਾਂ ਦੇ ਨਾਲ ਮਨੁੱਖ ਜਿੰਨੇ ਵੀ ਕਰਮ ਕਰਦਾ ਉਹ ਸਾਰੇ ਕਰਮ ਕਰਦਾ ਹੈ ਗਿਆਨ ਦੀ ਪ੍ਰਾਪਤੀ ਵਾਸਤੇ। ਜਿੱਦਣ ਗਿਆਨ ਦੀ ਪ੍ਰਾਪਤੀ ਹੋ ਜੇ ਉਦਣ ਕਰਮ ਨਾਸ਼ ਹੋ ਜਾਂਦੇ ਆ, ਉਦਣ ਕਰਮਾਂ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਭਗਤ ਜੀ ਜ਼ਿਕਰ ਕਰਦੇ ਪਾਵਨ ਗੁਰਬਾਣੀ ਦੇ ਅੰਦਰ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ਼। ਗਿਆਨ ਆ ਗਿਆ, ਕਰਮ ਖਤਮ ਹੋ ਗਏ। ਬਿਲਕੁਲ ਇਸੇ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਪਹਿਲਾਂ ਦੇਵੀ ਦੀ ਪੂਜਾ ਕਰਨ ਵਾਸਤੇ ਜਾਂਦੇ ਸੀ, ਗੁਰੂ ਅਮਰਦਾਸ ਮਹਾਰਾਜ ਪਹਿਲਾਂ ਗੰਗਾ 'ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਸੀ, ਪਰ ਬਾਅਦ ਵਿੱਚ ਸਾਰਾ ਕੁਝ ਛੁੱਟ ਗਿਆ, ਕੇਵਲ ਇੱਕ ਰੱਬ ਦੀ ਗੱਲ ਰਹਿ ਗਈ। ਇਸੇ ਤਰ੍ਹਾਂ ਭਗਤ ਧੰਨਾ ਸਾਹਿਬ ਜੀ ਦਾ ਵੀ ਪਹਿਲਾਂ ਸਾਰਾ ਕੁਝ ਛੁੱਟ ਗਿਆ, ਇੱਕ ਰੱਬ ਦੀ ਗੱਲ ਰਹਿ ਗਈ। ਔਰ ਹੋ ਸਕਦਾ ਇਹ ਚਰਚਾ ਉਸ ਵੇਲੇ ਵੀ ਹੋਵੇ ਕਿ ਭਗਤ ਧੰਨਾ ਜੀ ਨੇ ਰੱਬ 'ਚੋਂ ਜਿਹੜਾ ਰੱਬ ਹੈ ਉਹ ਪੱਥਰ 'ਚੋਂ ਪਾਇਆ। ਤਾਂ ਇਸ ਗੱਲ ਨੂੰ ਸਪਸ਼ਟ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਪਾਵਨ ਗੁਰਬਾਣੀ ਦੇ ਅੰਦਰ ਭਗਤ ਧੰਨਾ ਜੀ ਦਾ ਜ਼ਿਕਰ ਕੀਤਾ ਅਤੇ ਦੱਸਿਆ ਵੀ ਧੰਨਾ ਜੀ ਨੇ ਰੱਬ ਕਿੱਥੋਂ ਪਾਇਆ ਹੈ। ਉਹਨਾਂ ਨੇ ਪਹਿਲਾਂ ਚਾਰ ਭਗਤਾਂ ਦਾ ਜ਼ਿਕਰ ਕੀਤਾ, ਨਾਮਦੇਵ ਜੀ ਦਾ, ਕਬੀਰ ਜੀ ਦਾ, ਰਵਿਦਾਸ ਜੀ ਦਾ ਅਤੇ ਭਗਤ ਸੈਣ ਜੀ ਦਾ। ਚਾਰ ਭਗਤਾਂ ਦਾ ਜ਼ਿਕਰ ਕਰਕੇ ਵੀ ਇਹਨਾਂ ਨੇ ਭਗਤੀ ਕਰਕੇ ਰੱਬ ਦੀ ਪ੍ਰਾਪਤੀ ਕੀਤੀ। ਫਿਰ ਇਹਨਾਂ ਵੱਲ ਵੇਖ ਕੇ, ਇਹਨਾਂ ਦੀਆਂ ਗੱਲਾਂ ਸੁਣ ਕੇ ਭਗਤ ਧੰਨੇ ਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ ਵੀ ਮੈਨੂੰ ਵੀ ਭਗਤੀ ਕਰਕੇ ਰੱਬ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਆਪਾਂ ਪਾਵਨ ਗੁਰਬਾਣੀ ਦਾ ਬਚਨ ਪੜ੍ਹਦੇ ਹਾਂ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ 488 ਅੰਗ ਦੇ ਉੱਪਰ ਸੁਭਾਇਮਾਨ ਹੈ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਬ ਕੋ ਸ਼ੀਪਰੋ ਹੋਇਓ ਲਾਖੀਨਾ ਰਹਾਓ। ਵੀ ਗੋਬਿੰਦ ਨਾਲ, ਪਰਮਾਤਮਾ ਨਾਲ ਜੁੜ ਕੇ ਨਾਮਦੇਵ ਜੀ, ਜਿਹੜਾ ਲੋਕ ਕਹਿੰਦੇ ਸੀ ਵੀ ਕੌਡੀ ਦਾ ਸ਼ੀਂਬਾ, ਉਹ ਲੱਖਾਂ ਦਾ ਹੋ ਗਿਆ। ਬੋਲਣਾ ਤਨਣਾ ਤਿਆਗੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਹਰਾ ਭਇਓ ਗੁਣੀ ਗਹੀਰਾ। ਜਿਹੜੇ ਕਬੀਰ ਜੀ ਖੇਸ ਬੁਣ ਦਾ ਕੰਮ ਕਰਦੇ ਸੀ ਉਹ ਗੁਣਾਂ ਦੀ ਖਾਣ ਬਣ ਗਏ ਪਰਮਾਤਮਾ ਦਾ ਨਾਮ ਜਪ ਕੇ। ਰਵਿਦਾਸ ਧਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਰਵਿਦਾਸ ਜੀ ਜਿਹੜੇ ਮਰੇ ਹੋਏ ਪਸ਼ੂਆਂ ਦਾ ਢੋਆ ਢੁਆਈ ਦਾ ਕੰਮ ਕਰਦੇ ਸੀ ਉਹਨਾਂ ਨੇ ਵੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ।
ਸੈਣ ਨਾਈ ਬੁੱਤ ਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜਿਹੜੇ ਭਗਤ ਸੈਣ ਜੀ ਘਰ ਘਰ ਜਾ ਕੇ ਬੁੱਤੀਆਂ ਦਾ ਕੰਮ ਕਰਦੇ, ਭਾਵੇਂ ਨਿੱਕੇ ਨਿੱਕੇ ਕੰਮ ਕਰਦੇ, ਲੋਕਾਂ ਦੇ ਨਹੁੰ ਕੱਟ ਦੇਣੇ, ਮਾਲਿਸ਼ ਕਰ ਦੇਣੀ, ਜਦੋਂ ਉਹਨਾਂ ਨੇ ਪਰਮਾਤਮਾ ਦੀ ਭਗਤੀ ਕੀਤੀ ਤਾਂ ਉਹ ਪਰਮਾਤਮਾ ਉਹਨਾਂ ਦੇ ਵੀ ਹਿਰਦੇ ਵਿੱਚ ਵੱਸ ਗਿਆ। ਇਹ ਚਾਰ ਭਗਤਾਂ ਦਾ ਜ਼ਿਕਰ ਕਰਕੇ ਗੁਰੂ ਅਰਜਨ ਸਾਹਿਬ ਲਿਖਦੇ ਹੈ, ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਵੀ ਇਹ ਤਿੰਨਾਂ ਇਹ ਜਿਹੜੇ ਚੌਵੇਂ ਭਗਤ ਸਨ, ਇਹਨਾਂ ਦੇ ਬਾਰੇ ਸੁਣ ਕੇ ਇੱਕ ਜੱਟ ਯਾਨੀ ਕਿ ਧੰਨਾ ਜੀ ਭਗਤੀ ਕਰਨ ਲੱਗ ਪਏ, ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ। ਹੁਣ ਜਿਹਨੇ ਪਾਇਆ ਹੈ ਉਹਨੂੰ ਪੁੱਛ ਲਿਆ ਜਾਏ ਵੀ ਧੰਨਾ ਜੀ ਤੁਸੀਂ ਰੱਬ ਦੀ ਪ੍ਰਾਪਤੀ ਕਿਵੇਂ ਕੀਤੀ ਹੈ? ਅਤੇ ਭਗਤ ਧੰਨਾ ਸਾਹਿਬ ਆਪ ਲਿਖਦੇ ਹੈ, ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਵੀ ਧੰਨੇ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਸਤ ਸੰਗਤ ਦੇ ਵਿੱਚੋਂ, ਰੱਬੀ ਪੁਰਸ਼ਾਂ ਦੇ ਨਾਲ ਬੈਠ ਕੇ ਰੱਬ ਦੀ ਵਿਚਾਰ ਕਰਕੇ, ਰੱਬ ਦੇ ਗੁਣਾਂ ਦੀ ਵਿਚਾਰ ਕਰਕੇ, ਤਾਂ ਮੈਨੂੰ ਰੱਬ ਦੀ ਪ੍ਰਾਪਤੀ ਜਿਹੜੀ ਹੈ ਉਹ ਹੋਈ ਹੈ। ਭਗਤ ਧੰਨਾ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਿੰਨ ਸ਼ਬਦ ਦਰਜ ਨੇ, ਦੋ ਸ਼ਬਦ ਆਸਾ ਰਾਗ ਦੇ ਵਿੱਚ ਹੈ, ਇੱਕ ਸ਼ਬਦ ਸੂਹੀ ਰਾਗ, ਇੱਕ ਸ਼ਬਦ ਧਨਾਸਰੀ ਰਾਗ ਦੇ ਵਿੱਚ ਹੈ। ਔਰ ਭਗਤ ਧੰਨਾ ਜੀ ਲਿਖਦੇ ਕੀ ਆਪਣੀ ਪਾਵਨ ਗੁਰਬਾਣੀ ਦੇ ਅੰਦਰ, ਉਹ ਕਹਿੰਦੇ ਦੇਖੋ ਰੱਬ ਕਿੰਨਾ ਬੇਅੰਤ ਹੈ। ਪੁੱਛਿਆ ਜਾਏ ਕਿਵੇਂ, ਉਹ ਕਹਿੰਦੇ ਰੱਬ ਸਾਰਿਆਂ ਨੂੰ ਰਿਜ਼ਕ ਦਿੰਦਾ ਹੈ। ਕਿਹਨੂੰ ਕਿਹਨੂੰ ਦਿੰਦਾ ਹੈ? ਉਹਨਾਂ ਇੱਕ ਉਦਾਹਰਨ ਬੜੀ ਕਮਾਲ ਦੀ ਦਿੱਤੀ। ਅੱਜ ਦੀ ਸਾਇੰਸ ਹੁਣ ਇਹ ਗੱਲ ਦਾ ਜ਼ਿਕਰ ਕਰਦੀ ਹੈ, ਭਗਤ ਧੰਨਾ ਸਾਹਿਬ ਨੇ ਅੱਜ ਤੋਂ ਕਿੰਨੇ ਸੌ ਸਾਲ ਪਹਿਲਾਂ ਇਸ ਗੱਲ ਦਾ ਜ਼ਿਕਰ ਕੀਤਾ ਵੀ ਜਿਹੜੀ ਕੁੰਮੀ ਹੁੰਦੀ ਹੈ ਨਾ, ਜਿਹਨੂੰ ਆਪਾਂ ਕਸ਼ੂ ਕੁੰਮਾ ਕਹਿੰਦੇ ਹਾਂ, ਉਹ ਪਾਣੀ 'ਚ ਰਹਿੰਦੀ ਹੈ। ਕਸ਼ੂ ਕੁੰਮੀ ਜਿਹੜੀ ਹੈ ਪਾਣੀ 'ਚ ਰਹਿੰਦੀ ਹੈ, ਲੇਕਿਨ ਆਪਣੇ ਬੱਚੇ ਜਿਹੜੇ ਹੈ ਨਾ ਉਹ ਪਾਣੀ ਤੋਂ ਬਾਹਰ ਰੇਤ ਦੇ ਕੰਢੇ ਉੱਪਰ ਦੇ ਆਉਂਦੀ ਹੈ। ਹੁਣ ਰੇਤ ਦੇ ਕੰਢੇ ਦੇ ਉੱਪਰ ਉਹ ਅੰਡੇ ਹੁੰਦੇ ਹੈ, ਆਂਡਿਆਂ 'ਚੋਂ ਬੱਚੇ ਨਿਕਲਦੇ ਹੈ, ਨਾ ਉਹਨਾਂ ਨੂੰ ਦੁੱਧ ਦਿੱਤਾ ਜਾ ਸਕਦਾ ਹੈ, ਨਾ ਉਹਨਾਂ ਨੂੰ ਚੋਗਾ ਦਿੱਤਾ ਜਾ ਸਕਦਾ ਹੈ, ਕਿਉਂਕਿ ਜਿਹੜੇ ਜਾਨਵਰ ਹੈ ਉਹ ਦੁੱਧ ਪਿਲਾਉਂਦੇ ਹੈ ਅਤੇ ਜਿਹੜੇ ਪੰਛੀ ਨੇ ਉਹ ਚੋਗਾ ਦਿੰਦੇ ਹੈ। ਹੁਣ ਨਾ ਚੋਗਾ ਦਿੱਤਾ ਜਾ ਸਕਦਾ ਹੈ, ਨਾ ਉਹਨਾਂ ਨੂੰ ਜਿਹੜਾ ਵਾ ਉਹ ਦੁੱਧ ਪਿਲਾਇਆ ਜਾ ਸਕਦਾ ਹੈ, ਅਤੇ ਫਿਰ ਉਹ ਜਿਹੜੇ ਆਂਡਿਆਂ 'ਚੋਂ ਨਿਕਲਦੇ ਹੈ ਉਹ ਆਂਡਿਆਂ ਦਾ ਛਿੱਕੜ ਖਾ ਕੇ ਗੁਜ਼ਾਰਾ ਕਰਦੇ ਹੈ, ਅਤੇ ਬਾਅਦ ਵਿੱਚ ਫਿਰ ਛਾਲ ਮਾਰ ਕੇ ਉਹ ਪਾਣੀ ਦੇ ਵਿੱਚ ਕਸ਼ੂ ਕੁੰਮੀ ਦੇ ਕੋਲ ਚਲੇ ਜਾਂਦੇ ਹੈ। ਭਗਤ ਧੰਨਾ ਜੀ ਕਹਿੰਦੇ ਕਮਾਲ ਦੀ ਗੱਲ ਹੈ, ਜਿਹਨੂੰ ਜਿਹੜੀ ਕਸ਼ੂ ਕੁੰਮੀ ਨਾ ਚੋਗਾ ਦੇ ਸਕਦੀ ਹੈ ਨਾ ਦੁੱਧ ਦੇ ਸਕਦੀ ਹੈ, ਰੱਬ ਉਹਦੇ ਵੀ ਬੱਚਿਆਂ ਦੀ ਪਿਰਤ ਪਾਲਣਾ ਕਰਦਾ ਹੈ। ਉਹ ਆਪ ਗੁਰਬਾਣੀ ਵਿੱਚ ਲਿਖਦੇ ਹੈ, ਕੁੰਭੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਕਹਿੰਦੇ ਇੱਕ ਗੱਲ ਸਮਝ ਤੁਵੀਂ ਵੀ ਰੱਬ ਤੇਰੀ ਪਿਰਤ ਪਾਲਣਾ ਕਿਉਂ ਨਹੀਂ ਕਰੇਗਾ? ਅਤੇ ਫਿਰ ਉਹਨਾਂ ਕਿਹਾ, ਬੰਦੇ ਤੇਰੀ ਵੀ ਰੱਖਿਆ ਰੱਬ ਹੀ ਕਰਦਾ ਏ, ਜਨਨੀ ਕੇਰੈ ਉਧਰ ਉਧਕ ਮਹਿ ਪਿੰਡ ਕੀਆ ਦਸ ਮਾਸਾ ਦੇ ਆਹਾਰ ਅਗਣ ਮੈਂ ਰਾਖੈ ਐਸਾ ਖਸਮ ਹਮਾਰਾ। ਕਹਿਣ ਲੱਗੇ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਹਾਰ ਦਿੰਦਾ, ਰਿਜ਼ਕ ਦਿੰਦਾ ਹੈ। ਫਿਰ ਇੱਕ ਸ਼ਬਦ ਦੇ ਵਿੱਚ ਭਗਤ ਧੰਨਾ ਜੀ ਲਿਖਦੇ ਹੈ ਕਿ ਬੰਦੇ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ। ਉਹ ਕਹਿੰਦੇ ਵੀ ਰੱਬ ਦੀ ਰੱਬ ਦੇ ਕੋਲੋਂ ਮੰਗਦੇ ਹੈ, ਜਾਚਣਾ ਕਰਦੇ ਹੈ ਵੀ ਸਾਡਾ ਮਨੁੱਖਾ ਜੀਵਨ ਸਫਲ ਹੋ ਜਾਵੇ, ਮੈਨੂੰ ਖਾਣ ਵਾਸਤੇ ਰੋਟੀ ਚਾਹੀਦੀ ਹੈ, ਨਾਲ ਦਾਲ ਵੀ ਚਾਹੀਦੀ ਹੈ, ਵਿੱਚ ਪਾਉਣ ਵਾਸਤੇ ਘਿਓ ਵੀ ਚਾਹੀਦਾ ਹੈ ਤਾਂ ਮੈਂ ਖੁਸ਼ ਰਹਿ ਸਕਦਾ ਹੈ, ਪੈਰੀ ਪਾਉਣ ਵਾਸਤੇ ਜੁੱਤੀ ਵੀ ਚਾਹੀਦੀ ਹੈ, ਪਹਿਨਣ ਵਾਸਤੇ ਕੱਪੜੇ ਵੀ ਚਾਹੀਦੇ ਹੈ, ਚੰਗਾ ਅਨਾਜ ਵੀ ਚਾਹੀਦਾ ਹੈ, ਗਾਂ ਵੀ ਚਾਹੀਦੀ ਜਿਹੜੀ ਦੁੱਧ ਦਿੰਦੀ ਹੋਵੇ,
ਅਤੇ ਉਹ ਵੀ ਚਾਹੀਦੀ ਹੈ ਘੋੜੀ ਜਿਹਦੇ ਉੱਪਰ ਮੈਂ ਸਵਾਰੀ ਕਰ ਸਕਦਾ ਹੋਵਾਂ। ਘਰ ਵਾਲੀ ਪਤਨੀ ਵੀ ਚੰਗੀ ਚਾਹੀਦੀ ਹੈ ਜਿਹੜੀ ਲੜਾਈ ਝਗੜੇ ਵਾਲੀ ਨਾ ਹੋਵੇ। ਇਕੱਲੀ ਪਤਨੀ ਨਹੀਂ, ਪਤਨੀ ਨੂੰ ਪਤੀ ਵੀ ਉਹ ਚਾਹੀਦਾ ਜਿਹੜਾ ਪ੍ਰੇਮ ਭਾਵਨਾ ਵਾਲਾ ਹੋਵੇ। ਇਹ ਮੰਗਾਂ ਜਿਹੜੀਆਂ ਨੇ ਭਗਤ ਧੰਨਾ ਜੀ ਨੇ ਰੱਬ ਦੇ ਕੋਲੋਂ ਕੀਤੀਆਂ ਅਤੇ ਆਪਾਂ ਅਕਸਰ ਇਹ ਬਚਨ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਉ, ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੇ ਨਿਤ ਜੀਓ, ਪਣੀਆਂ ਸਾਧਨ ਨਿਕਾ ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ ਇੱਕ ਤਾਜਣ ਤੁਰੀ ਚੰਗੇਰੀ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਇਹ ਵਾਲੀਆਂ ਮੰਗਾਂ ਮੈਂ ਰੱਬ ਦੇ ਕੋਲੋਂ ਮੰਗਦਾ ਹਾਂ, ਇਹ ਵਾਲੀਆਂ ਮੰਗਾਂ ਮੈਨੂੰ ਚਾਹੀਦੀਆਂ ਨੇ, ਕਿਉਂਕਿ ਇਹਨਾਂ ਚੀਜ਼ਾਂ ਤੋਂ ਬਿਨਾਂ ਕਦੇ ਵੀ ਬੰਦੇ ਦਾ ਗੁਜ਼ਾਰਾ ਨਹੀਂ ਹੋ ਸਕਦਾ। ਇਸ ਕਰਕੇ ਭਗਤ ਧੰਨਾ ਜੀ ਨੇ ਇਹ ਜਿਹੜੇ ਅਮੋਲਕ ਬਚਨ ਹੈ ਉਹ ਸੰਸਾਰ ਦੇ ਸਾਹਮਣੇ ਰੱਖੇ। ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ, ਸਮੁੱਚੇ ਸਿੱਖ ਜਗਤ ਦੇ ਵਿੱਚ ਮਨਾਇਆ ਜਾ ਰਿਹਾ ਹੈ। ਆਪ ਸਾਰਿਆਂ ਨੂੰ ਭਗਤ ਧੰਨਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅਤੇ ਆਪਾਂ ਉਹਨਾਂ ਦੇ ਦਰਸਾਏ ਹੋਏ ਰਸਤੇ ਦੇ ਉੱਪਰ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ। ਅਤੇ ਫਿਰ ਭਗਤ ਧੰਨਾ ਜੀ ਨੇ 60 ਸਾਲ ਦੀ ਉਮਰ ਬਤੀਤ ਕਰਕੇ ਉਹਨਾਂ ਦਾ 1475 ਦੇ ਵਿੱਚ ਦੇਹਾਂਤ ਹੋ ਗਿਆ, ਯਾਨੀ ਕਿ ਉਹ ਪਰਲੋਕ ਗਮਨ ਕਰ ਗਏ। ਇਹ ਸੀ ਭਗਤ ਧੰਨਾ ਜੀ ਦੇ ਜੀਵਨ ਬਾਰੇ ਕੁਝ ਕੁ ਗੱਲਾਂ। ਚੰਗੀਆਂ ਲੱਗੀਆਂ ਹੋਣ ਤਾਂ ਸ਼ੇਅਰ ਔਰ ਲਾਈਕ ਕਮੈਂਟ ਜ਼ਰੂਰ ਕਰਿਓ। ਸਾਰਿਆਂ ਨੂੰ